kid. Aao dardani mara, mera sidhu moose wala. असलामु अलैकुम जी, सत श्री अकाल, की हाल चाल है वीरो, सारे ठीक ठाक हो, फिट फाट हो? अच्छा जी, अज असी लैके आए हैं इंटरव्यू सिद्धू मूसेवाले का, लास्ट इंटरव्यू पार्ट वन अपलोड किया, तुहाडे वीरां दा बहुत प्यार मिलिया उहदे ते, ते इसे तरह इस वीडियो उत्ते वी तुहाडा प्यार चाहिए। वीडियो नूं हुणे तों लाइक कर दिओ, क्योंकि इस वीडियो नूं लाइक करन दा बाद चो तुहानूं चेता भुल जाणा जिस तरह के सवाल इस इंटरव्यू दे विच सामने आने ने ना, ये ना होया तुहानूं चेता भुल जाए कि भाई वीडियो लाइक भी करनी सी, ते सबसक्राइब बेशक बाद विच कर लिओ, लेकिन कर दिओ अगर नहीं किया होया ते। ਸਾਡੇ ਗੁਰੂ ਦਾ ਮਤਲਬ ਹੈ ਗਿਆਨ, ਗਿਆ ਬਾਣੀ ਦਾ ਮਤਲਬ ਹੈ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਹੈ ਗਿਆ। ਸਾਨੂੰ ਤਾਂ ਇਹ ਚੀਜ਼ ਸਿਖਾਈ ਨਹੀਂ ਗਈ ਵੀ ਕੋਈ ਤੁਹਾਡਾ ਦੇਹਧਾਰੀ ਗੁਰੂ ਹੈ, ਤੁਹਾਡਾ ਰੱਬ ਤੁਹਾਡਾ ਗੁਰੂ ਹੈ। ਸਾਨੂੰ ਰੱਬ ਰੂਪ ਵਾਲੇ ਝੰਡੇ ਤੋਂ ਤਾਂ ਬਾਬੇ ਨਾਨਕ ਨੇ ਪਹਿਲੇ ਹੀ ਕੱਢਤਾ ਸੀ। ਹੁਣ ਲੋਕ ਕਹਿੰਦੇ ਫਲਾਨਾ ਭਗਵਾਨ ਹੈ ਜੀ, ਧਿਮਕਾ ਭਗਵਾਨ ਹੈ ਜੀ, ਉਹ ਹੈ ਉਹ। ਬਾਬਾ ਕਹਿੰਦਾ ਵੀ ਯਾਰ ਤੁਹਾਡਾ ਕੋਈ ਰੱਬ ਨਹੀਂ, ਤੁਹਾਡਾ ਗੁਰੂ ਹੈ ਗਿਆਨ, ਸ਼ਬਦ ਗੁਰੂ, ਸ਼ਬਦ ਗੁਰੂ, ਗਿਆਨ। ਉਹ ਚੀਜ਼ ਤਾਂ ਅਸੀਂ ਪਹਿਲੀ ਮੰਨੀ ਬੈਠੇ ਜੀ, ਸਾਡਾ ਗਿਆਨ ਸੀਗਾ ਸਾਡਾ ਗੁਰੂ। ਫਿਰ ਗੁਰੂ ਗੋਬਿੰਦ ਸਿੰਘ ਨੂੰ ਹਥਿਆਰ ਚੱਕਣ ਦੀ ਕੀ ਲੋੜ ਪਈ? ਕਿਉਂਕਿ ਗਿਆਨ ਸਾਨੂੰ ਜ਼ਰੂਰੀ ਹੈ, ਪਰ ਸਾਨੂੰ ਸ਼ਸਤਰ ਗਿਆਨ ਹੋਣ ਦੀ ਵੀ ਲੋੜ ਹੈ। ਉਹਨਾਂ ਨੂੰ ਉਸ ਟਾਈਮ ਤੇ ਉਹ ਲੋੜ ਸਮਝ ਗਏ ਸੀ ਵੀ ਭਾਈ ਸਾਡਾ ਗੁਰੂ ਗਿਆਨ ਹੈ, ਤੇ ਹੁਣ ਇਸ ਗਿਆਨ ਦੇ ਵਿੱਚ ਸ਼ਸਤਰ ਗਿਆਨ ਵੀ ਇਨਕਲੂਡ ਕਰਨਾ ਪਊ, ਕਿਉਂਕਿ ਵਕਤ ਦੀ ਲੋੜ ਹੈ। ਧਾੜਵੀ ਮੁਗਲ ਸਾਡੇ ਤੇ ਅਤਿਆਚਾਰ ਕਰਨਗੇ, ਨਾਦਰ ਸ਼ਾਹ ਵਰਗੇ ਸਾਨੂੰ ਲੁੱਟ ਕੇ ਲੈ ਜਾਣਗੇ, ਅਹਿਮਦ ਸ਼ਾਹ ਅਬਦਾਲੀ ਵਰਗੇ ਉਹ ਦੂਰ ਪੱਖੀ ਸੋਚ ਵਾਲੇ ਮਹਾਨ ਭੱਦਰ ਪੁਰਸ਼ ਸੀ ਜਿਨ੍ਹਾਂ ਨੇ ਇਹ ਚੀਜ਼ਾਂ ਸੋਚੀਆਂ, ਤੇ ਉਹਨਾਂ ਨੇ ਲੋੜ ਦੇ ਅਕੋਰਡਿੰਗ ਸਾਡੇ ਪੰਜਾਂ ਕਾਰਾਂ ਦੇ ਵਿੱਚ ਅਸਲੇ ਦੀ ਗੱਲ ਕੀਤੀ, ਹਥਿਆਰ ਦੀ ਗੱਲ ਕੀਤੀ। ਤੇ ਅੱਜ ਪਿਛਲੇ 40 ਸਾਲਾਂ ਤੋਂ ਸਾਡੇ ਤੇ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਹਥਿਆਰ ਤਾਂ ਜੀ ਬੁਰੀ ਚੀਜ਼ ਹੈ। ਸਾਡੀ ਆਉਣ ਵਾਲੀ ਪੀੜ੍ਹੀ ਨੂੰ ਟਿਕਟੌਕ ਰੀਲਾਂ ਤੇ ਨਚਾਇਆ ਜਾ ਰਿਹਾ, ਕੋਈ ਸ਼ੱਕ ਨੀ ਬਾਈ ਇਸ ਗੱਲ ਦੀ। ਕਹਿੰਦੇ ਤੁਸੀਂ ਡਰੋ, ਇਹ ਤੋਂ ਇਹ ਅਸਲ ਹੈ, ਇਹਨੂੰ ਹੱਥ ਨੀ ਲਾਉਣਾ। ਕਿਉਂ ਨੀ ਲਾਉਣਾ ਜੀ? ਮੇਰੇ ਡੱਬ ਚ ਤੁਹਾਡੇ ਆਪੇ ਚੱਲ ਕੇ ਤਾਂ ਨੀ ਵੱਜਿਆ ਕਿਸੇ ਨੇ? ਬਿਲਕੁਲ, ਜਦੋਂ ਸਾਡੇ ਦਿਮਾਗ ਨੂੰ ਟ੍ਰੇਨਿੰਗ ਨੀ ਹੋਊਗੀ, ਫਿਰ ਅਸੀਂ ਹੱਥਾਂ ਨੂੰ ਕਿੱਦਾਂ ਰੋਕ ਪਾਵਾਂਗੇ? ਅਸਲ ਦੇ ਵਿੱਚ ਰੌਲਾ ਸਾਡੇ ਦਿਮਾਗਾਂ ਦਾ, ਅਸੀਂ ਭੱਜੇ ਹੋਏ ਹਾਂ ਲਾਇਸੈਂਸਾਂ ਪਿੱਛੇ, ਹਥਿਆਰਾਂ ਪਿੱਛੇ, ਤੇ ਹੋਰ ਰੌਲੇ ਰੱਬੇ ਪਿੱਛੇ। ਸਾਨੂੰ ਹਥਿਆਰਾਂ ਤੋਂ ਦੂਰ ਤਾਂ ਕੀਤਾ ਜਾਂਦਾ ਕਿਉਂਕਿ ਅਸੀਂ ਬਾਰਡਰ ਸਟੇਟ ਹਾਂ, ਪਰ ਸਾਡੀ ਬਾਰਡਰ ਸਟੇਟ ਨੂੰ ਇਹ ਆਪਦਾ ਹਿੱਸਾ ਮੰਨ ਕੇ ਨਾਲ ਚਲਾਉਣ ਦੀ ਯਾਨੀ ਕਿ ਤਰਜੀਹ ਨਹੀਂ ਦੇ ਰਹੇ। ਸਾਡੇ ਉਹੀ ਹਥਿਆਰ ਵਾਲੇ ਸਿੱਖਿਆ ਵਾਲੇ ਮੁੰਡੇ, ਸਿੱਖ ਰੈਜੀਮੈਂਟ, ਸਿੱਖ 25 ਰੈਜੀਮੈਂਟਾਂ ਸਾਡੀਆਂ ਬਾਰਡਰ ਤੇ ਲੜ ਰਹੀਆਂ ਨੇ, 25 ਯੂਨਿਟਾਂ ਬਾਈ ਸਿੱਖ ਰੈਜੀਮੈਂਟ ਦਾ ਚੱਕੋ, ਫਿਰ ਤੁਸੀਂ ਕੁਝ ਕਹੋਗੇ? ਸੋ ਹਰੇਕ ਕੋਈ ਪੱਖ ਤੇ ਗੱਲ ਕਰਨ ਨੂੰ ਰਾਜੀ ਨਹੀਂ। ਪੱਤਰਕਾਰ ਹੋਣਗੇ ਜੀ, ਇਹ ਤਾਂ ਹਥਿਆਰ ਕਰਦੇ ਆ ਜੀ, ਹਥਿਆਰ ਕਰਦੇ ਆ ਜੇ ਹਥਿਆਰ, ਮੇਰੀ ਗੱਲ ਸੁਣੋ ਜੀ, 20 ਲੱਖ ਬੰਦੇ ਦੇ ਨਾਮ ਤੇ ਰਜਿਸਟਰ ਹੈ ਅਸਲਾ, ਕੱਲ ਨੂੰ ਕੋਈ ਦੇਸ਼ ਸਾਡੇ ਤੇ ਹਮਲਾ ਕਰਦੇ, ਆਰਮੀ ਯੂਕਰੇਨ ਵਾਂਗੂ ਸਾਡੀ ਆਰਮੀ ਦਾ ਹਾਲ ਹੋ ਜੇ, ਸਾਡਾ 20 ਲੱਖ ਬੰਦੇ ਦੀ ਫੌਜ ਹਥਿਆਰਾਂ ਨਾਲ ਆਪਦੇ ਨਾਲ ਖੜੀ ਹੈ, ਤੇ ਜਿਹਨਾਂ ਨੂੰ ਚਲਾਉਣ ਦੀ ਅਕਲ, ਬਾਕੀ ਢੋਲ ਟੱਪਾ ਲੈ ਕੇ ਸ਼ਟਰ ਲਾ ਕੇ ਅੰਦਰ ਬੈਠਣਗੇ। ਅਸੀਂ ਮੁੱਦੇ ਵਾਲੀ ਗੱਲ, ਪ੍ਰੈਕਟੀਕਲ ਗੱਲ ਕਰਨ ਲਈ ਰਾਜ਼ੀ ਹੋਈ ਨੀ ਹੈਗੇ। ਅੱਜ ਦੇ ਦੌਰ ਚ ਰੈਲੇਵੈਂਟ ਹੈ, ਜਿਵੇਂ ਮੈਂ ਬਹੁਤ ਸਾਰੇ ਕਮੈਂਟਸ ਤੇ ਉਹ ਪੜ੍ਹੇ ਜੋ ਜਥੇਦਾਰ ਸਾਹਿਬ ਦੇ ਉਲਟੇ ਬੋਲੇ ਗਏ ਕਿ ਅੱਜ ਦੇ ਦੌਰ ਚ ਲੜਾਈ ਹੋਰ ਤਰੀਕੇ ਨਾਲ ਲੜੀ ਜਾਂਦੀ ਹੈ, ਦਿਮਾਗ ਦੀ ਲੜਾਈ ਹੋ ਗਈ, ਹੁਣ ਹਥਿਆਰਾਂ ਦੀ ਨੀ ਰਹਿ ਗਈ। ਤੁਹਾਨੂੰ ਲੱਗਦਾ ਕਿ ਨਹੀਂ ਹਥਿਆਰ ਉਹਨਾਂ ਇੰਪੋਰਟੈਂਟ ਅੱਜ ਦੇ ਦੌਰ ਚ ਜਿੰਨੀ ਕਿਤਾਬ ਹੈ? ਭਾਈ ਜੀ, ਜੇ ਦਿਮਾਗ ਨਾਲ ਲੜਾਈ ਲੜੀ ਜਾਂਦੀ ਸੀ ਤਾਂ ਫਿਰ ਲੋਕ ਜਿਹੜੇ ਆ, ਜਿਹੜੇ ਦੇਸ਼ ਨੇ, ਇੰਨਾ ਆਰਮੀ ਦਾ ਬਜਟ ਕਿਉਂ ਦੇ ਰਹੇ ਨੇ? ਸੋ ਉਹੀ ਗੱਲ ਹੈ ਨਾ ਵੀ ਹਰੇਕ ਦਾ ਆਪੋ ਆਪਣਾ ਪ੍ਰਤੀਕਿਰਿਆ ਹੈ ਹਰੇਕ ਹਰੇਕ ਮੁੱਦੇ ਤੇ, ਤੇ ਸਾਰਿਆਂ ਦੀਆਂ ਪ੍ਰਤੀਕਿਰਿਆ ਲਈਆਂ ਜਾਣੇ ਜ਼ਰੂਰੀ। ਸਹੀ ਗੱਲ ਹੈ, ਸਾਨੂੰ ਸਾਡੇ ਜਥੇਦਾਰ ਦੇ ਜੋ ਕਹਿੰਦਾ ਸਾਡੇ ਲਈ ਉਹ ਸਾਡਾ ਹੁਕਮ ਹੈ, ਸਾਡਾ ਫਰਜ਼ ਹੈ, ਜੋ ਮਰਜ਼ੀ ਬਾਕੀ ਕੋਈ ਐਰਾ ਗੈਰਾ ਕਹੀ ਜਾਵੇ, ਸਾਡਾ ਕੋਈ ਲੜਨਾ ਨਹੀਂ। ਤੇ ਸਾਡੀ ਜੋ ਗੁਰੂ ਨੇ ਕਹਿਤਾ ਉਹ ਉਹਨਾਂ ਤੋਂ ਵੀ ਪਹਿਲਾਂ, ਤੇ ਜੇ ਉਹਦਾ ਨਹੀਂ ਕਿਹਾ, ਮੈਂ ਤਾਂ ਉਸ ਚੀਜ਼ ਨਾਲ 100% ਸਹਿਮਤ ਆਈ, ਮੈਂ ਤਾਂ ਪਹਿਲਾਂ ਦਾ ਕਹਿ ਰਿਹਾ ਵੀ ਭਾਈ ਠੀਕ ਹੈ, ਹਥਿਆਰ ਲੈ ਕੇ ਕਿਸੇ ਦਾ ਨੁਕਸਾਨ ਕਰਨਾ ਬਹੁਤ ਮਾੜੀ ਗੱਲ ਹੈ, ਕਿਸੇ ਦੀ ਬੈਂਕ ਲੁੱਟਣੀ, ਕਿਸੇ ਦੇ ਮੱਥੇ ਨਾਲ ਲਾਉਣਾ ਮਾੜੀ ਗੱਲ ਹੈ ਯਾਰ, ਹਥਿਆਰ ਰੱਖੋ, ਹਥਿਆਰ ਚ ਕੀ ਪ੍ਰੋਬਲਮ ਹੈ? ਜੇ ਵਾਇਲੈਂਸ ਨਹੀਂ ਵੱਧਦੀ ਤੁਹਾਨੂੰ ਲੱਗਦਾ ਇਹਦੇ ਨਾਲ? ਵਾਇਲੈਂਸ ਵੱਧਦੀ ਹੈ ਜੀ ਜਦੋਂ ਦਿਮਾਗਾਂ ਨਾਲ ਵੱਧਦੀ ਹੈ ਵਾਇਲੈਂਸ। ਸਹੀ ਗੱਲ ਹੈ,
ਕਿੰਨੀ ਵਾਇਲੈਂਸ ਹੋਈ, 700 ਬੰਦਾ ਮਰ ਗਿਆ ਸਾਡਾ ਧਰਨੇ ਤੇ, ਉਸ ਵਾਇਲੈਂਸ ਬਾਰੇ ਕੋਈ ਬੋਲ ਹੀ ਨਹੀਂ ਰਿਹਾ। ਕਿੰਨੀ ਵਾਇਲੈਂਸ ਹੁੰਦੀ ਹੈ ਡੇਲੀ, ਕੋਈ ਨਾ ਕੋਈ ਕਦੇ ਕਿਸੇ ਨਾ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਹੈ, ਉਹ ਵਾਇਲੈਂਸ ਬੰਨੀ ਕੋਈ ਧਿਆਨ ਨਹੀਂ। ਜੋ ਪੋਲੀਟੀਕਲ ਵਾਇਲੈਂਸ ਹੋ ਰਹੀ ਹੈ ਉਹਦੇ ਬੰਨੀ ਕੋਈ ਨਹੀਂ ਦੇਖ ਰਿਹਾ, ਸਾਰਿਆਂ ਨੂੰ ਸਿਰਫ ਇਹ ਲੱਗਦਾ ਹਥਿਆਰ 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 ਹਥਿਆਰ। ਸੋ ਮੈਂ ਤਾਂ ਇਹੀ ਗੱਲ ਕਹਿੰਦਾ ਵੀ ਗਾਣੇ ਫਰਕ ਪਾਉਂਦੇ, ਗਾਣੇ ਜੀ ਹਾਂ ਪਾਉਂਦੇ ਫਰਕ ਪਾਉਂਦੇ, ਮੈਂ ਇਸ ਚੀਜ਼ ਤੋਂ ਮੁੱਕਰਦੀ ਨਹੀਂ ਜੀ। ਗੱਲ ਸਿੱਧੀ ਆ ਭਾਈ, ਇੰਪੈਕਟ ਪੈਂਦਾ, ਇੰਪੈਕਟ ਹਰੇਕ ਚੀਜ਼ ਦਾ ਭਾਈ ਜੀ, ਕੋਈ ਸ਼ੱਕ ਪਰ ਜੇ ਤੁਸੀਂ ਇਹ ਦੇਖਿਆ ਜਾਵੇ ਵੀ ਵੀ ਇੰਪੈਕਟ ਨੂੰ ਤੁਸੀਂ ਨੱਥੀ ਕਿਵੇਂ ਕਰਦਾ, ਉਹਨੂੰ ਜ਼ੀਰੋ ਕਿਵੇਂ ਕਰਦਾ, ਉਹ ਗਾਈਡੈਂਸ ਨਾਲ ਹੁੰਦਾ। ਪਰ ਹੁਣ ਸਾਰਿਆਂ ਨੂੰ ਗਾਈਡੈਂਸ ਪ੍ਰੋਡਿਊਸ ਤਾਂ ਹੋਊਗੀ ਜੇ ਪ੍ਰੋਪਰ ਸਕੂਲ ਐਜੂਕੇਸ਼ਨ ਹੋਊਗੀ। ਨਹੀਂ ਪਰ ਗੱਲ ਮੀਨਿੰਗ ਦੀ ਹੈ, ਕੀ ਤੁਹਾਨੂੰ ਲੱਗਦਾ ਕਿ ਗਾਣੇ ਸਿਰਫ ਐਂਟਰਟੇਨਮੈਂਟ ਵਾਸਤੇ ਨੇ, ਜਿਵੇਂ ਤੁਸੀਂ ਜਦੋਂ ਇਹ ਲਿਖਿਆ ਕਿ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਕੀ ਉਹ ਸਿਰਫ ਨਿਰੋਲ ਐਂਟਰਟੇਨਮੈਂਟ ਪਰਪਸ ਲਈ ਸੀ ਕਿ ਗਾਣਾ ਸੁਣੋ ਔਰ ਗੱਲ ਖਤਮ ਹੈ, ਜਾਂ ਉਹਨੂੰ ਸਾਨੂੰ ਮੀਨਿੰਗ ਦੇ ਵਿੱਚ ਕਨਵਰਟ ਕਰਨਾ ਪਊ ਕਿ ਇਹਦਾ ਮਤਲਬ ਹੈ ਕੁਛ। ਗਾਣਾ ਬਈ ਪ੍ਰੋਡਿਊਸ ਕਿਉਂ ਕਰਦੇ ਹਾਂ ਆਪਾਂ, ਸੁਣਦੇ ਕਿਉਂ? ਐਂਟਰਟੇਨਮੈਂਟ ਵਾਸਤੇ, ਮਾਈਂਡ ਰਿਲੈਕਸੇਸ਼ਨ ਵਾਸਤੇ ਹੈ ਨਾ। ਅਸੀਂ ਗਾਣਾ ਕਿਉਂ ਕਰਦੇ ਹਾਂ? ਪੈਸੇ ਕਮਾਉਣ ਵਾਸਤੇ। ਸਹੀ ਗੱਲ ਹੈ ਭਾਈ, ਚੀਜ਼ ਪਸੰਦ ਆਊਗੀ ਤੇ ਉਹ ਪਸੰਦ ਵੀ ਆਉਂਦੀ ਹੈ। ਸੋਲਲੀ ਬੇਸਡ ਹੈ ਸਾਰਾ ਐਂਟਰਟੇਨਮੈਂਟ ਤੇ ਜੀ। ਹੁਣ ਤੁਸੀਂ ਛੱਡੋ ਗੱਲ ਸਾਰੀ, ਆਰ ਆਰ ਤੇ ਆ ਜਾਓ, ਕੇ ਜੀ ਐਫ ਤੇ ਆ ਜਾਓ, ਨਿਰਾ ਵਾਇਲੈਂਸ ਹੈ। ਮੈਂ ਕਹਿੰਦਾ ਮੇਰੇ ਜੇ ਮੈਂ 1000 ਗਾਣਾ ਵੀ ਕਰ ਦੂੰ, ਇੱਕ ਫਿਲਮ ਦੇ ਬਰਾਬਰ ਨਹੀਂ ਆ। ਕੋਈ ਸ਼ੱਕ ਨਹੀਂ ਭਾਈ, ਜਿੰਨਾ ਕਿ ਹਰ ਉੱਥੇ ਯੂਜ਼ ਹੋਇਆ। ਕੇ ਜੀ ਐਫ ਦੇ ਬੜੇ ਬੜੇ ਪੋਸਟਰ ਲਗਾਉਣੇ ਆ, ਦੂਜੇ ਪਾਸੇ ਕਹਿੰਦੇ ਪੰਜਾਬ ਵਾਲਿਆਂ ਨੂੰ ਗਾਣੇ ਬੰਦ ਕਰ ਦਿਓ, ਮੋਸਟ ਸਕਸੈਸਫੁਲ ਫਿਲਮ, ਸਭ ਤੋਂ ਜ਼ਿਆਦਾ ਸਕਸੈਸਫੁਲ। ਫਿਰ ਯਾਰ ਇਹ ਦੋਹਰਾ ਮਾਪਦੰਡ ਕਿਉਂ ਆ? ਸੈਂਸਰ ਹੋਣਾ ਚਾਹੀਦਾ, ਜਿਵੇਂ ਗੋਲੇ ਚੋਰੀ ਜਲਾਰ ਦੇ ਨਾਲ ਭਾਈ, ਇਹੋ ਜਿਹੇ ਗਾਣੇ ਸਿਗੜ ਵੀ ਨਹੀਂ ਗਾ, ਬੈਰਲ ਦੇ ਨਾਲ ਆਹ ਚੱਲਣ ਦੇ ਨਹੀਂ। ਮੈਂ ਜੀ ਮੁੱਖ ਮੰਤਰੀ ਸਾਹਿਬ ਜੀ ਬਿਲਕੁਲ, ਅਸੀਂ ਉਹਨਾਂ ਦੇ ਬਿਆਨ ਦਾ ਆਦਰ ਕਰਦੇ ਆ, ਠੀਕ ਆ, ਜੋ ਉਹਨਾਂ ਦੀ ਭਾਵਨਾ ਉਹ ਚੰਗੀ ਹੋਈ ਹੋਊਗੀ ਤਾਂ ਹੀ ਉਹ ਕਹਿ ਰਹੇ ਨੇ, ਸਹੀ ਗੱਲ। ਪਰ ਮੈਂ ਇੱਕ ਗੱਲ ਦਾ ਹੀ ਮੈਂ ਗੱਲ ਕਹਿਣਾ ਵੀ ਉਹ ਗਾਣੇ ਲਵਾਉਂਦਾ ਕੌਣ ਹੈ? ਕਲਾਕਾਰ ਆਪ ਜਗ ਦੇ ਡੀਜੇ ਨੂੰ ਕਹਿੰਦਾ ਨੀ ਮੇਰੇ ਚੰਡੀ ਚਾਰ ਪੰਜ, ਬਿਲਕੁਲ ਜੀ, ਲਵਾਉਣ ਵਾਲੇ ਤਾਂ ਲੋਕ ਨੇ ਨਾ, ਡੀਜੇ ਕਲਾਕਾਰ ਭੇਜਦੇ ਨੇ, ਕਹਿੰਦੇ ਵੀ ਫਲਾਣੇ ਦੇ ਵਿਆਹ ਭਾਈ ਉਹ ਡੀਜੇ ਲਾਇਆ, ਡੀਜੇ ਲਿਆਉਣ ਵਾਲੇ ਵੀ ਲੋਕ ਨੇ, ਗਾਣੇ ਸੁਣਨ ਵਾਲੇ ਵੀ ਲੋਕ ਨੇ ਤੇ ਵਜਾਉਣ ਵਾਲੇ ਵੀ ਲੋਕ, ਜਿਵੇਂ ਗੱਲ ਹੈ। ਫਿਰ ਇਹਦੇ ਚ ਤੁਸੀਂ ਉਹਨਾਂ ਨੂੰ ਨੀ ਰੋਕ ਰਹੇ ਜਿਹੜੇ ਸੁਣ ਰਹੇ ਹੈ, ਉਹਨਾਂ ਨੂੰ ਰੋਕ ਰਹੇ ਹੋ ਜਿਹੜੇ ਗਾ ਰਹੇ। ਤੁਹਾਡਾ ਕੋਈ ਐਸਾ ਗਾਣਾ ਜਿਹੜਾ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਲੀਕ ਤੋਂ ਹਟ ਕੇ ਗਾਇਆ ਪਰ ਉਹਨਾਂ ਪਸੰਦ ਨਹੀਂ ਕੀਤਾ ਜਿੰਨੇ ਬਾਕੀ ਕਰ ਲਏ? ਮੇਰੇ ਆਲਮੋਸਟ ਜੀ ਸਾਰੇ, ਮੈਂ ਕਦੇ ਇਹਨਾਂ ਤੇ, ਮੇਰਾ ਜੀ ਪਤਾ ਕੀ ਗੱਲ ਹੈ ਜੀ, ਮੈਂ ਹੁਣ ਜਿਵੇਂ ਆਹ ਗਾਣਾ ਅੱਜ ਕੱਲ੍ਹ ਨੂੰ ਗਾਣਾ ਰਿਲੀਜ਼ ਹੋਣਾ, ਇਹ ਮੈਂ ਪਿਛਲੇ ਮਹੀਨੇ ਦੇ ਬਾਰੇ ਸੋਚਣੋਂ ਬੰਦ ਹੋ ਗਿਆ, ਉਹ ਤਾਂ ਮੈਂ ਕਰਤਾ, ਹੁਣ ਮੈਂ ਅੱਗੇ ਦੇਖੋ ਕੀ ਕਰਨਾ। ਪਰ ਪਿਛਲੀਆਂ ਚੀਜ਼ਾਂ ਬਾਰੇ ਕਦੇ ਸੋਚਿਆ ਨੀ ਬਾਈ ਇੰਨਾ। ਹੁਣ ਮੈਂ ਆਹ ਗਾਣੇ ਜਿਹੜੇ ਮੇਰੇ ਰਿਲੀਜ਼ ਹੋਣੇ ਨੇ ਮੇਰੇ ਪਏ ਨੇ, ਤੇ ਅਗਲਿਆਂ ਬਾਰੇ ਮੈਂ ਸੋਚੀ ਜਾਂਦਾ ਵੀ ਹੁਣ ਅਗਲੀ ਐਲਬਮ 'ਚ ਕੀ ਕਰਨਾ ਕੀ ਕਰਨਾ, ਅਗਲੇ ਗਾਣੇ 'ਚ ਮੈਂ ਕੀ ਕਰਨਾ, ਕਿੱਦਾਂ ਦਾ ਸੋਚਣਾ। ਮੈਂ ਤੁਸ਼ਾਰ ਨੇ ਮੁੜ ਕੇ ਵੇਖਿਆ ਗਾਂ ਹੀ ਗਏ ਜਦੋਂ ਵੀ ਸਾਰਾ ਧਿਆਨ ਹੀ ਇੱਧਰ, ਸੋ ਉੱਧਰ ਚੱਲੀ ਜਾਂਦਾ ਜੀ ਵੀ ਮੈਂ ਪਿਛਲੀਆਂ ਚੀਜ਼ਾਂ ਬਾਰੇ ਸੋਚਦਾ ਹੀ। ਪਰ ਮੈਨੂੰ ਇਹ ਲੱਗਦਾ ਵੀ ਜਿੰਨੇ ਕੁ ਜਿਹੜੇ ਜੱਟਾਂਗੇ, ਜਿੰਨੀ ਕੁ ਮੈਂ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਸਾਰਿਆਂ ਨੂੰ ਮਾਣ ਬਖਸ਼ਿਆ। ਬਿਲਕੁਲ, ਇੱਕ ਅਕਸਰ ਚਰਚਾ ਪੰਜਾਬ ਦੇ ਯੂਥ 'ਚ ਹੋਣੀ ਰਹਿੰਦੀ ਹੈ ਕਿ ਕੇਂਦਰ ਸਾਡੇ ਨਾਲ ਠੀਕ ਵਰਤਾਰਾ ਨਹੀਂ ਰੱਖਦਾ, ਸਾਨੂੰ ਸਾਡੇ ਹੱਕ ਨਹੀਂ ਮਿਲਦੇ। ਪਾਣੀਆਂ ਦੇ ਮੁੱਦੇ ਤੇ ਗੱਲ ਕਰ ਲਈਏ, ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਗੱਲ ਕਰ ਲਈਏ, ਹੋਰ ਬਹੁਤ ਸਾਰੇ ਜਿਹੜੇ ਪੰਜਾਬ, ਚੰਡੀਗੜ੍ਹ ਅਸੀਂ ਕਹਿੰਦੇ ਆ ਸਾਡਾ ਟੌਪਿਕ ਚੱਕਣ ਲੱਗ ਗਏ ਸਾਰੇ। ਮੈਂ ਉਹ ਗੱਲ ਕਹਿਣਾ ਜੀ, ਸਾਡਾ ਇੱਕ, ਮੈਂ ਸੁਣ ਲਈ ਇੱਕ ਬਹੁਤ ਹੀ, ਯਾਨੀ ਕਿ ਮੈਂ ਇੱਕ ਕਹਿਣਾ ਵੀ ਜਿਹੜੀ ਮੈਂ ਸਾਰੇ 99% ਪੰਜਾਬੀਆਂ ਦੇ ਦਿਲ ਦੀ ਗੱਲ, ਜਿਹੜੀ ਮੇਰੇ ਦਿਲ ਦੀ ਗੱਲ ਵੀ ਮੌਕੇ ਨਹੀਂ ਚਾਹੁੰਦਾ। ਮੈਂ ਸੈਂਟਰ ਨੂੰ ਵੀ ਬੇਨਤੀ ਕਰਦਾ, ਸਾਰੇ ਜਿੰਨੇ ਵੀ ਬੈਠੇ ਨੇ, ਕਿ ਭਾਈ ਸਾਨੂੰ ਇੰਡੀਆ 'ਚ ਰਹਿਣ ਦਾ ਕੋਈ ਦੁੱਖ ਨਹੀਂ, ਕੋਈ ਸਾਨੂੰ ਹਰਜ ਨਹੀਂ, ਕੋਈ ਸਾਡਾ, ਅਸੀਂ ਸਾਡੇ ਨਾਲ ਭਾਈਚਾਰਕ ਪਿਆਰ ਨਾਲ ਰਹਿਣਾ ਚਾਹੁੰਦੇ ਹਾਂ। ਅਸੀਂ ਕਿਸੇ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦੇ, ਅਸੀਂ ਉਹ ਮੂਵਮੈਂਟ ਨੂੰ ਪ੍ਰਮੋਟ ਨਹੀਂ ਕਰਦੇ ਜੋ ਸਾਡੇ ਹਾਲਾਤ ਬਣਾ ਦਿੱਤੇ ਗਏ ਕਿ ਸਾਨੂੰ ਹਥਿਆਰ ਚੱਕਣਾ ਪਿਆ ਉਹਨਾਂ ਟਾਈਮਾਂ 'ਚ। ਅਸੀਂ ਕਿਸੇ ਚੀਜ਼ ਦੀ ਹਿਮਾਇਤ ਨਹੀਂ ਯਾਰ, ਅਸੀਂ ਅਜਾੜਾ ਨਹੀਂ ਚਾਹੁੰਦੇ, ਬੜਾ ਬਹੁਤ ਨੁਕਸਾਨ ਹੋਇਆ, ਉਹ ਅਸੀਂ ਸ਼ੌਂਕ ਨੂੰ ਅਸੀਂ ਚੱਕੀ, ਮਜਬੂਰੀ ਸੀ ਸਾਡੀ, ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਤਾਂ ਚੱਕ ਲਈ, ਠੀਕ ਹੈ, ਪਰ ਸਾਡਾ ਬਹੁਤ ਨੁਕਸਾਨ ਹੋਇਆ, ਤੁਹਾਡਾ ਵੀ ਬਹੁਤ ਨੁਕਸਾਨ ਹੋਇਆ ਉਸ ਚੀਜ਼ ਕਰਕੇ, ਵਰਲਡ ਪੱਧਰ 'ਤੇ ਬਦਨਾਮੀ ਹੋਈ, ਜੋ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਬਹੁਤ ਚੀਜ਼ਾਂ ਹੋਈਆਂ। ਅਸੀਂ ਨਹੀਂ ਚਾਹੁੰਦੇ ਵੀ ਉਹ ਕਾਲਾ ਦੌਰ ਜਿੱਥੇ ਸਾਡੇ ਐਡੇ ਐਡੇ ਭੱਦਰ ਪੁੱਤ, ਸਾਡੇ ਵੀਰ ਮਹਾਨ ਮਾਰੇ ਗਏ, ਇੰਨੇ ਮਾਵਾਂ ਦੇ ਪੁੱਤ ਕਈਆਂ ਪਿੰਡਾਂ ਦੇ ਵਿੱਚ ਹਜੇ ਤੱਕ ਜਾਨਾਂ ਨਹੀਂ ਜਾਂਦੀਆਂ, ਮੱਝ ਦੇ ਪਿੰਡਾਂ ਦੇ ਵਿੱਚ, ਅਸੀਂ ਵੀ ਨਹੀਂ ਚਾਹੁੰਦੇ ਕਿ ਯਾਰ ਅਸੀਂ ਇਹੋ ਜਿਹੇ ਹਾਲਾਤ ਪੈਦਾ ਕਰੀਏ, ਕਦੇ ਕੋਈ ਵਾਇਲੈਂਟ ਗੱਲ ਕਰੀਏ, ਅਸੀਂ ਸੰਤਾਲੀ ਦੀ ਗੱਲ ਕਰੀਏ, ਚਾਹੇ ਸਾਡਾ ਸ਼ੌਂਕ ਹੈ ਸੰਤਾਲੀ ਰੱਖਣਾ, ਪਰ ਅਸੀਂ ਨਹੀਂ ਚਾਹੁੰਦੇ ਕਿ ਉਹ ਦੇਸ਼ ਦੇ ਖਿਲਾਫ ਚੱਕੀ ਜਾਏ ਕਿਸੇ, ਪਰ ਸਾਡੇ ਹਾਲਾਤ ਬਣਾ ਦਿੱਤੇ ਜਾਂਦੇ, ਸਾਨੂੰ ਰਲਣ 'ਚ ਕੋਈ ਦੁੱਖ ਨਹੀਂ, ਸਾਨੂੰ ਨਾਲ ਰਹਿਣ 'ਚ ਕੋਈ ਪ੍ਰੋਬਲਮ ਨਹੀਂ, ਪਰ ਅਸੀਂ ਇੱਕੋ ਹੀ ਗੱਲ ਕਹਿਣਾ ਯਾਰ, ਬਰਾਬਰ ਦਾ ਦਰਜਾ ਰੱਖੋ। ਤੁਹਾਡੀ ਜ਼ਹਿਨ ਤੇ ਅਸਰ ਹੈ ਬਲੂ ਸਟਾਰ ਬਾਈ, ਕਿਉਂ ਰੋਕਿਆ ਯਾਰ? ਯਾਰ ਅਗਲੇ ਦੋ ਸਵਾਲ ਮੈਂ ਨਾ ਦੋ ਪਾਵਾਂਗੇ ਨਾ, ਹੁਣ ਸਵਾਲ ਅੱਗੋਂ ਫੇਰ ਆਉਣੇ।
भाई एंड है यार, एंड है, एंड है। मैं कह रहा कि हर वो गल जी दुनिया मूसा के खिलाफ करती रही वह हर गल लफजी तौर बाबा समझा के गया है कि नहीं बई तुम मैं किसी होर पास लेंदे मैं किसी होर साइड तो यह फील्ड चकी हुई है। और रही गलबात इंटरव्यू तो इंटरव्यू का यह दूसरा पार्ट बाकी मजीद गल् सुना तीसरे पार्टी फिर चौथे च फाइनल करके एनालिसिस करा कि गल की बनी हूँ इस इंटरव्यू के गल कर दिया कि किसानों के पानिया की गल कर लो उस तो बाद चो जी इस वायरल दो तीन चीज़ा दसी कि बागी सिंह रिहाई नहीं देते दे ये तो सारिया गल्ला वेखो मुझे कह रहा है कि तो बस तुम मेरे दिल का टॉपिक चुकी जा रहे हो मेरी आवाज है कि उन्हें वह भी गाँव गाया है एस वाई एल भी सू याद रहे इस वायरल च भी बड़िया तगड़िया गल् कही गई बाकी की कर सकता है बाकी ये गल् ने सारिया जो दुनिया चाहती है मिठाया हो नहीं सकता जो दुनिया चाहे जरूरी ने उ हो देखा अगले पार्ट के मिलते हैं अगले पार्ट तब तक लाई।